ਕੇ ਲਿਆਂਦੀ ਆ ਤੂੰ ਹੁਣ ਘਰੋਂ ਦੇਣ ਡਿਆ ਕੇ ਤਰਨ ਤਾਰਨ ਹਲਕੇ ਦੇ ਖੇਮਕਰਨ ਹਲਕੇ ਦੇ ਪਿੰਡ ਵਾੜਾ ਤੇਲੀਆਂ ਵਿਖੇ ਜਿੱਥੇ ਅੱਜ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸੁੱਖ ਵਾੜਾ ਤੇਲੀਆਂ ਵੱਲੋਂ ਜਿਹੜੀ ਕਿ ਗਰੀਬ ਲੋਕਾਂ ਨੂੰ ਆਪਦੇ ਘਰੋਂ ਹੀ ਕਣਕ ਦਿੱਤੀ ਜਾ ਰਹੀ ਹੈ ਇਸ ਦਾ ਕਾਰਨ ਇਹ ਹੈ ਕਿ ਕਾਂਗਰਸ ਸਰਕਾਰ ਵੇਲੇ ਜਿਹੜਾ ਅਕਾਲੀ ਦਲ ਸਰਕਾਰ ਵੇਲੇ ਜਿਹੜਾ ਨੀਲੇ ਕਾਰਡ ਜਿਹੜੇ ਬਣਵਾਏ ਗਏ ਸੀ ਲੋਕਾਂ ਦੇ ਉਹ ਕਾਂਗਰਸ ਸਰਕਾਰ ਵੇਲੇ ਹੁਣ ਪ੍ਰਸ਼ਾਸਨ ਅਤੇ ਮੌਜੂਦਾ ਕੁਝ ਅਧਿਕਾਰੀਆਂ ਵੱਲੋਂ ਉਹਨਾਂ ਦੇ ਗਰੀਬਾਂ ਦੇ ਕਾਰਡ ਕੱਢ ਦਿੱਤੇ ਗਏ ਜਿਸ ਕਰਕੇ ਅੱਜ ਸੁੱਖ ਵਾੜਾ ਤੇਲੀ ਨੇ ਇਹ ਫੈਸਲਾ ਕੀਤਾ ਕਿ ਉਹ ਇਹਨਾਂ ਗਰੀਬਾਂ ਨੂੰ ਇਸ ਕਰੋਨਾ ਵਾਇਰਸ ਦੀ ਕਰਫਿਊ ਦੌਰਾਨ ਭੁੱਖਮਰੀ ਦਾ ਸ਼ਿਕਾਰ ਨਹੀਂ ਹੁੰਦੇ ਜਿਸ ਕਰਕੇ ਉਹਨਾਂ ਨੇ ਅੱਜ ਆਪਣੇ ਘਰੋਂ ਹੀ ਕਣਕ ਦੇ ਟਰਾਲੇ ਭਰ ਕੇ ਜਿਹੜੇ ਘਰ ਘਰ ਜਾ ਕੇ ਪਿੰਡ ਦੇ ਵਿੱਚ ਜਿਹੜੇ ਇਹ ਰਾਸ਼ਨ ਇਹ ਵੰਡ ਰਹੇ ਹਨ ਮੈਂ ਵਿਖਾ ਸਕਦਾ ਕਿ ਜਿਹੜੇ ਆਹ ਟਰਾਲਾ ਜਿਹੜਾ ਲੱਦਿਆ ਹੋਇਆ ਸਿਰਫ ਆਪਦੇ ਘਰ ਤੋਂ ਹੀ ਰਾਸ਼ਨ ਲਿਆ ਕੇ ਲੋਕਾਂ ਦੇ ਘਰਾਂ ਵਿੱਚ ਦਿੱਤਾ ਜਾ ਰਿਹਾ ਕਿਸੇ ਨੂੰ 5 ਤੋੜੇ ਕਿਸੇ ਨੂੰ 4 ਤੋੜੇ ਕਿਸੇ ਨੂੰ 2 ਤੋੜੇ ਜਿਹੜਾ ਜ਼ਿਆਦਾ ਮਜਬੂਰੀ ਆ ਜਿਨ੍ਹਾਂ ਦੇ ਘਰ ਨਹੀਂ ਉਹਨਾਂ ਨੂੰ ਪੈਸਿਆਂ ਤੱਕ ਦੀ ਜਿਹੜੀ ਹੈ ਮਦਦ ਕੀਤੀ ਜਾ ਰਹੀ ਹੈ ਮੇਰੇ ਨਾਲ ਦੇ ਸੁੱਖ ਚੇਅਰਮੈਨ ਜਿਹੜੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਵੰਡ ਜਿਹੜੀ ਹੈ ਕੀਤੀ ਜਾ ਰਹੀ ਹੈ ਹਾਂਜੀ ਸਰ ਕੀ ਕਾਰਨ ਕੀ ਹੈ ਜਿਹੜਾ ਅੱਜ ਤੁਹਾਨੂੰ ਆਪਣੇ ਕੋਲੋਂ ਹੀ ਰਾਸ਼ਨ ਕਾਰਨ ਇਸ ਤਰ੍ਹਾਂ ਜੀ ਗਰੀਬਾਂ ਦੇ ਕਾਰਡ ਬਣੇ ਸੀ ਜਿਹੜੇ ਬਾਦਲ ਸਾਹਿਬ ਨੇ ਸਕੀਮ ਤੋਂ ਆਟਾ ਦਾਲ ਸ਼ੁਰੂ ਕੀਤੀ ਗਰੀਬਾਂ ਵਾਸਤੇ ਜੀ ਅਤੇ ਸਕੀਮ ਤਾਂ ਸਿਰਫ ਹੈਗੀ ਸੀ ਗਰੀਬਾਂ ਵਾਸਤੇ ਪਰ ਹੁਣ ਆ ਕਾਂਗਰਸ ਸਰਕਾਰ ਨੇ ਧਈਆ ਕਰ ਲਿਆ ਵੀ ਅਸੀਂ ਇਹਨੂੰ ਗਰੀਬਾਂ ਤੱਕ ਨਹੀਂ ਰਹਿਣ ਦੇਣਾ ਕੱਲ੍ਹ ਹੀ ਸਾਡੇ 31-32 ਪਰਿਵਾਰ ਨੇ ਜਿਹੜੇ ਸਾਧੂ ਸਿੰਘ ਨੇ ਨਾਲ ਆਪਣੇ ਮਜਬੂਰ ਸਿੱਖ ਨੇ ਮਿਸਤਰੀ ਸਿੰਘ ਨੇ ਉਹਨਾਂ ਨੂੰ ਸਾਰਿਆਂ ਦੇ ਕੱਟ ਦਿੱਤੇ ਜ਼ਿਮੀਂਦਾਰ ਪਰਿਵਾਰਾਂ ਦੇ ਕਾਰਡ ਕਿਸੇ ਕੋਲ 5 ਏਕੜ ਕਿਸੇ ਦਾ 1 ਮੁੰਡਾ ਬਾਹਰ ਕਿਸੇ ਦਾ 2 ਮੁੰਡੇ ਬਾਹਰ ਉਹਨਾਂ ਸਾਰਿਆਂ ਦੇ ਕਾਰਡ ਜਿਹੜੇ ਪ੍ਰਾਪਤ ਕਿੰਨੇ ਕਾਰਡ ਸੀ ਅਤੇ ਵੋਟਾਂ ਕਿੰਨੀਆਂ ਅਤੇ ਕਾਰਡ ਕਿੰਨੇ ਨੇ ਜਿਹੜੇ ਉੱਥੇ ਇੱਥੇ ਤਕਰੀਬਨ ਲਗਭਗ ਆਬਾਦੀ ਆਪਣੀ 1000 ਅਤੇ 10 ਆਬਾਦੀ ਅਤੇ 700 ਵੋਟਾਂ ਅੱਗੇ ਦੇਖਣ 140 ਕਾਰਡ ਅੱਗੇ ਇਹਨਾਂ ਨੇ ਕੀਤਾ ਕਿ ਉਹਨਾਂ ਵਿੱਚੋਂ ਗਰੀਬਾਂ ਦੇ ਕੱਟ ਦਿੱਤੇ ਗਰੀਬਾਂ ਦੇ ਕੱਟ ਕੇ ਉਹਨਾਂ ਇੱਦਾਂ ਜੱਟਾਂ ਦੇ ਪਾ ਦਿੱਤੇ ਇਹ ਕਾਰਨ ਇਹ ਕਿ ਕਰਫਿਊ ਲੱਗਾ ਹੋਇਆ ਕਰੋਨਾ ਵਾਇਰਸ ਦੀ ਜਿਸ ਮਹਾਮਾਰੀ ਤੋਂ ਬਚਣ ਲਈ ਸਰਕਾਰ ਜਾਂ ਸਿਵਲ ਪ੍ਰਸ਼ਾਸਨ ਜਿਹੜਾ ਆਪਦੇ ਕਰ ਰਿਹਾ ਪਰ ਉਹ ਇਸ ਸਥਿਤੀ ਦੇ ਵਿੱਚ ਜਿਹੜੇ ਲੋਕਾਂ ਦੇ ਕਾਰਡ ਕੱਟੇ ਜਾ ਰਹੇ ਨੇ ਇਹ ਕਿਤੇ ਨਾ ਕਿਤੇ ਜਿਹੜੇ ਸਰਕਾਰ 'ਤੇ ਵੀ ਚਿੰਨ੍ਹ ਬਣਦਾ ਵੇਖੋ ਜੀ ਇਹ ਤਾਂ ਸਾਰੇ ਹਲਕੇ ਦਾ ਹੀ ਚਲੋ ਇਹ ਤਾਂ ਵਾੜਾ ਤੇਲੀਆਂ ਦਾ ਮੈਂ ਦੇ ਦੂੰਗਾ ਜੀ ਇਹ ਸਾਰੇ ਹਲਕੇ ਦਾ ਹੀ ਇਹ ਹਾਲ ਹੈ ਜੀ ਸਾਰੇ ਪੰਜਾਬ ਦਾ ਹੀ ਹਾਲ ਆ ਇਹਨਾਂ ਨੇ ਕੀਤਾ ਸਰਪੰਚਾਂ ਨੇ ਇਹਨਾਂ ਨੇ ਮਰਜ਼ੀ ਨਾਲ ਕਾਰਡ ਬਣਾਏ ਜੀ ਕਿਸੇ ਉਹਦੇ ਵਿੱਚ ਜਿਹੜੀ ਵੱਡੇ ਪੱਧਰ 'ਤੇ ਜਿਹੜੀ ਅਧਿਕਾਰੀ ਹੈਗੀ ਆ ਉਹਦੀ ਵੱਡੇ ਪੱਧਰ 'ਤੇ ਉਹਦੀ ਜਾਂਚ ਕਰਵਾਈ ਜਾਵੇ ਅਤੇ ਜਿਹੜਾ ਸਹੀ ਲਾਭਪਾਤਰ ਹੈ ਉਹਦੇ ਤੱਕ ਤਾਂ ਪਹੁੰਚ ਨਹੀਂ ਰਿਹਾ ਜੀ ਉੱਧਰੋਂ ਮੁੱਖ ਮੰਤਰੀ ਸਾਹਿਬ ਦਾਅਵੇ ਕਰ ਰਹੇ ਨੇ ਪਰ ਮੁੱਖ ਮੰਤਰੀ ਦੀ ਕੌਣ ਸੁਣਦਾ ਜੀ ਇੱਥੇ ਸਾਰੇ ਸਰਪੰਚਾਂ ਨੂੰ ਜਾਂ ਜਿਹੜੇ ਮੋਦਵਰ ਉਹ ਆਪਣੇ ਖਾਣ 'ਤੇ ਲੱਗੇ ਹੋਏ ਜੇ ਸਰਕਾਰਾਂ ਨੂੰ ਸਹੂਲਤ ਮਿਲਦੀ ਉਹ ਵੀ ਉਹਨਾਂ ਗਰੀਬਾਂ ਤੱਕ ਨਹੀਂ ਪਹੁੰਚਾਈ ਜਾਂਦੀ ਸਰਕਾਰੀ ਰਾਸ਼ਨ ਦੀਆਂ ਜਿਹੜੀਆਂ ਕਿੱਟਾਂ ਘਰ ਘਰ ਪਹੁੰਚਾਈਆਂ ਜਾ ਰਹੀਆਂ ਕਿ ਇਹ ਪਿੰਡ ਦੇ ਵਿੱਚ ਕਿੱਟਾਂ ਆਈਆਂ ਬਿਲਕੁਲ ਇਹਨਾਂ ਪਰਿਵਾਰਾਂ ਨੂੰ ਨਹੀਂ ਮਿਲੀਆਂ ਉਹ ਸਰਪੰਚ ਸਾਹਿਬ ਨੇ ਆਪਦੇ ਘਰੇ ਖੜੀਆਂ ਜਿਹੜੇ ਆਪਦੇ ਧੀ ਪੁੱਤ ਦੋ ਚਾਰ ਹੈਗੇ ਉਹਨਾਂ ਨੂੰ ਇਹਨਾਂ ਦਾ ਗੁਜ਼ਾਰਾ ਕਿਸ ਤਰੀਕੇ ਨਾਲ ਗੁਜ਼ਾਰਾ ਜੋ ਲੱਗੇ ਵੀ ਇਹਨਾਂ ਨੂੰ ਪਹਿਲਾਂ ਜੋ ਵੀ ਹੈਗਾ ਸੀ ਉਹਨਾਂ ਨੂੰ ਪਹਿਲਾਂ ਕਿਹਾ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਅਲੋਸਮੈਂਟ ਕਰਵਾਈ ਹੋਵੇ ਜਿਹਦੇ ਘਰ ਗੁਰਦੁਆਰਾ ਸਾਹਿਬ ਲੰਗਰ ਵੀ ਅਸੀਂ ਚਲਾਇਆ ਜੀ ਗੁਰਦੁਆਰਾ ਸਾਹਿਬ 'ਚ ਅਲੋਸਮੈਂਟ ਵੀ ਕੀਤੀ ਜੇ ਕਿਸੇ ਦੇ ਘਰ ਕੋਈ ਖਾਣ ਵਾਸਤੇ ਨਹੀਂ ਹੈਗਾ ਜਦੋਂ ਮਰਜ਼ੀ ਸਾਡੇ ਘਰ ਆਣ ਕੇ ਸੰਪਰਕ ਕਰਨਾ ਕਰਕੇ ਸਾਡੇ ਤੋਂ ਸੁਵਿਧਾ ਲੈ ਸਕਦਾ ਸਾਡੇ ਤੋਂ ਹੋਰ ਰਾਸ਼ਨ ਲੈ ਸਕਦਾ ਜੀ ਅਸੀਂ ਇਹ ਪਿੰਡ ਵਿੱਚ ਭਾਵੇਂ ਇਹ ਲੌਕਡਾਊਨ ਹੁਣ 21 ਤਰੀਕ ਤੱਕ ਆ ਜੇ ਹੋਰ ਵੀ 15 ਦਿਨ ਚੱਲੂਗਾ ਤਾਂ ਅਸੀਂ ਇਹਨਾਂ ਨੂੰ ਭੁੱਖਮਰੀ ਦੇ ਸ਼ਿਕਾਰ ਨਹੀਂ ਹੋਣ ਦਿਆਂਗੇ ਇਹਨੇ ਸੁੱਖਵਾੜਾ ਦਿਲਿਆ ਕਹਿੰਦੇ ਕਿ ਲੌਕਡਾਊਨ ਜੇ ਅਜੇ ਵੀ ਲੰਮਾ ਚਿਰ ਚੱਲਦਾ ਹੈ ਤਾਂ ਇਸ ਦਾ ਵੀ ਅਸੀਂ ਭੁੱਖਮਰੀ ਦਾ ਆਪਣੇ ਪਿੰਡ ਦੇ ਕਿਸ ਵਿਅਕਤੀ ਨੂੰ ਸ਼ਿਕਾਰ ਨਹੀਂ ਹੋਣ ਦਿਆਂਗੇ ਮੇਰੇ ਨਾਲ ਉਹ ਘਰ ਵਾਲੇ ਵਿਅਕਤੀ ਮੌਜੂਦ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਿਹੜੀ ਕਣਕ ਜਿਹੜੀ ਲੋਕਾਂ ਦਾ ਦਿੱਤੀ ਜਾ ਰਹੀ ਹੈ ਹਾਂਜੀ ਬੀਬੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਕਸ਼ਮੀਰ ਇਹ ਜਿਹੜੀ ਕਣਕ ਆਈ ਹੈ ਕਿੰਨਾ ਵੱਲੋਂ ਆ ਰਹੀ ਹੈ ਮੈਨੂੰ ਕਣਕ ਜੀ ਮੈਂ ਨਹੀਂ ਗਾਇਆ ਲੈਣ ਮੈਂ ਕਿਸੇ ਪੁੱਤ ਦੇ ਨਾਲ ਵੀ ਨਹੀਂ ਮੈਨੂੰ ਕਣਕ ਦਿੰਦੇ ਨਹੀਂ ਜਦੋਂ ਮੈਂ ਰਹਿੰਦੀ ਹਾਂ ਮਾਂ ਕਦੀ 1 ਤੋੜਾ ਹੁੰਦਾ ਤਾਂ ਕਾਲੇ ਸਮਾਨ ਲੈ ਕੇ ਇੱਥੋਂ ਨਿਕਲੇ ਆ ਐਨਾ ਨਾ ਕਿ ਇਹਨੂੰ ਫੜਾ ਤਾਂ 4 ਕੁ ਬੰਦੇ ਨੰਗੇ ਮੈਨੂੰ ਨਹੀਂ ਡਰ ਕਹਿੰਦਾ ਮੈਂ ਗੱਲ ਕਰੂੰਗੀ ਸਿੱਧੀ ਜਿਹੜਾ ਮੈਨੂੰ ਖਾਣ ਨੂੰ ਦਊਗਾ ਉਹ ਅਮੀਰ ਅੱਜ ਜਿਹੜੀ ਤੁਹਾਨੂੰ ਕਣਕ ਦਿੱਤੀ ਗਈ ਹੈ ਕਿਹਦੇ ਵੱਲੋਂ ਦਿੱਤੀ ਹੈ ਚੇਅਰਮੈਨ ਸਾਹਿਬ ਮੈਨੂੰ ਚੇਅਰਮੈਨ ਵੱਲ ਸੁੱਖ ਅਤੇ ਜਿਹੜੀ ਸਰਕਾਰੀ ਕਣਕ ਜਿਹੜੀ ਆਈ ਹੈ ਉਹ ਤੁਹਾਨੂੰ ਮਿਲੀ ਹੈ ਨਾ
ਕੱਟੇ ਹਾਲ ਨੇ ਗਰੀਬ ਲੋਕਾਂ ਦਾ, ਜਿਹੜੀ ਕਿ ਸਰਕਾਰ ਜਿਹੜੇ ਲੋਕ ਨੇ ਸਿਰਫ ਆਪਣੀਆਂ ਚੌਧਰਾਂ ਜਕਾਉਣ ਲਈ ਇੱਕ ਨਾ ਗਰੀਬ ਲੋਕਾਂ ਦੇ ਨਾਲ ਧੱਕੇਸ਼ਾਹੀ ਕਰ ਰਹੇ ਨੇ। ਕੀ ਨਾਂ ਤੁਹਾਡਾ ਜੀ? ਪਰਮਜੀਤ ਭਾਈ। ਕਿੰਨੇ ਕਾਰਡ ਤੁਹਾਡੇ ਘਰ ਦੇ ਜੀ? ਸਾਡੇ ਭਾਅ ਜੀ ਕਾਰਡ ਇਸ ਟਾਈਮ ਹੈਗੇ ਆ ਜੀ 4 ਘਰ ਦੇ ਜੀ ਕਾਰਡ। ਕਿਸੇ ਗਰੀਬ ਨੂੰ ਕਣਕ ਨੀ ਦਿੱਤੀ, ਰਾਸ਼ਨ ਜੇ ਲੈ ਕੇ ਲੰਘੇ ਆ ਤੇ ਸਿਰਫ ਆਪਦੇ ਬੰਦਿਆਂ ਨੂੰ ਰਾਸ਼ਨ ਦਿੱਤਾ ਜੀ, ਹੋਰ ਕਿਸੇ ਨੂੰ ਰਾਸ਼ਨ ਨੀ ਦਿੱਤਾ। ਇਹ ਜਿਹੜੇ ਚੇਅਰਮੈਨ ਸਾਹਿਬ ਜੀ ਕਣਕ ਜਿਹੜੀ ਹੁਣ ਵੰਡਣ ਦੇ ਨੇ, ਸਾਬਕਾ ਚੇਅਰਮੈਨ, ਇਹ ਕਣਕ ਉਹਨਾਂ ਦੀ ਆਪਦੀ ਆ ਕਿ ਕਿਸੇ ਕਿ ਸਰਕਾਰੀ ਆ ਰਹੀ? ਨਹੀਂ ਨਹੀਂ, ਇਹਨਾਂ ਆਪਦੀ ਨਿੱਜੀ ਕਣਕ ਲਿਆ ਕੇ ਗਰੀਬਾਂ ਨੇ ਵੰਡ ਲਏ ਜੀ, ਫ੍ਰੀ ਦੇ ਰਹੇ ਆ, ਰਾਸ਼ਨ ਵੀ ਘਰ ਘਰ ਪਹੁੰਚਾ ਰਹੇ ਜੀ, ਲੰਗਰ ਵੀ ਲਾਏ ਇਹਨਾਂ। ਬਹੁਤ ਬਹੁਤ ਧੰਨਵਾਦ ਕਰਦੇ ਜੀ। ਕਰਫਿਊ ਲੱਗਾ ਹੋਇਆ, ਲੋਕਡਾਊਨ ਲੱਗਾ ਹੋਇਆ, ਅਤੇ ਘਰ ਦਾ ਤੁਹਾਡਾ ਗੁਜ਼ਾਰਾ ਕਿਸ ਤਰੀਕੇ ਨਾਲ ਕਰ ਰਿਹਾ ਜੀ? ਆਪਦੇ ਕੋਲੋਂ ਕਰਫਿਊ ਲੱਗਾ ਹੋਇਆ ਤੇ ਉਹਨੇ ਇਸ ਦਿਨਾਂ ਦੇ ਵਿੱਚ ਜਿਹੜਾ ਤੁਹਾਡੇ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਕਰ ਰਿਹਾ? ਸਰਕਾਰੀ ਰਾਸ਼ਨ ਆਇਆ ਤੁਹਾਡੇ ਘਰ? ਹੋਰਨੀ ਪਾਸੇ ਆਪਦੀਆਂ ਸਾਂਭੀਆਂ ਲੋਕਾਂ ਪੂਰੀਆਂ ਕੀਤੀਆਂ, ਆਪਦੇ ਚਲਾਏ ਕੰਮ, ਜਿੱਧਰ ਜ਼ਿਆਦਾ ਨਿਕਲਦਾ ਕੋਠੀ 'ਚ ਵੀ ਵੰਡਿਆ ਅਤੇ ਨਾ, ਇਸ ਤਰ੍ਹਾਂ ਹੀ ਗੱਲ ਆ। ਜਿੱਧਰ ਕਿਤੇ ਜਿਹੜੇ ਕਿ ਐਸੀ ਪਰਿਵਾਰ ਨੇ ਜਿਹਨੂੰ ਲਾ ਲਈ, ਐਸੀ ਪਰਿਵਾਰਾਂ ਨੂੰ ਇੱਥੇ ਕਣਕ ਮਿਲ ਰਹੀ? ਸਰ ਸਾਨੂੰ ਤਾਂ ਮਿਲੀ ਨਹੀਂ, ਜਦੋਂ ਦੀ ਸਰਕਾਰ ਬਣੀ ਉਦੋਂ ਦੀ ਸਾਨੂੰ ਇੱਕ ਰਾ ਕਣਕ ਨਹੀਂ ਮਿਲੀ। ਸਾਡਾ ਵੀ ਹਸਮਿਣ ਦਿਹਾੜੀਦਾਰ ਬੰਦਾ, ਉਹੀ ਕਰਨਾ ਅਤੇ ਉਹੀ ਖਾਣਾ, ਨਾ ਸਾਨੂੰ ਰਾਸ਼ਨ ਮਿਲਿਆ, ਨਾ ਸਾਡੇ ਬੂਹੇ ਵਾਲੀ ਸਪਰੇਅ ਵੱਜੀ ਆ, ਅਤੇ ਨਾ ਸਾਨੂੰ ਕਣਕ ਮਿਲੀ। ਕੱਲ੍ਹ ਮੇਰਾ ਬੇਟਾ 1.5 ਘੰਟਾ ਲਾਈਨ 'ਚ ਖੜਾ ਰਿਹਾ ਅਤੇ ਕਿਸੇ ਇੱਕ ਤੋੜਾ ਵੀ ਨਹੀਂ ਦਿੱਤਾ, ਸਾਰੇ ਤਾੜੀਆਂ ਮਾਰ ਮਾਰ ਹੱਸੇ ਆ। ਜਦੋਂ ਬੇਟਾ ਘਰ ਗਿਆ, ਬੇਟਾ ਆਉਂਦਾ ਮੈਂ ਕੁਛ ਖਾ ਕੇ ਮਰ ਜਾਣਾ, ਆਉਂਦਾ ਮੰਮੀ ਮੇਰੀ ਇੰਨੀ ਬੇਇੱਜ਼ਤੀ ਹੋਈ ਆ, ਮੈਨੂੰ ਕਣਕ ਦਾ ਤੋੜਾ ਹੀ ਇੱਕ ਦੇ ਦਿੰਦੇ। ਅਤੇ ਅਸੀਂ ਵੀ ਮੁੱਲ ਲੈ ਕੇ ਕਣਕ ਖਾਣ ਡਏ, ਪਹਿਲਾਂ ਵੀ ਸਰਪੰਚ ਸਾਹਿਬ ਦੇ ਘਰੋਂ ਲਿਆ ਗਏ, ਚੇਅਰਮੈਨ ਦੇ ਘਰੋਂ ਕਣਕ ਖਾਧੀ ਆ, ਹੁਣ ਵੀ ਸਾਡੇ ਘਰ 2 ਤੋੜੇ ਉਹ ਦੇ ਕੇ ਗਿਆ, ਨਾ ਸਾਨੂੰ ਕੋਈ ਰਾਸ਼ਨ ਨਾ ਕੋਈ ਸਾਨੂੰ ਸਹੂਲਤ ਮਿਲੀ ਉਦੋਂ ਦੀ ਜਦੋਂ ਦੀ ਸਰਕਾਰ ਬਣੀ। ਪ੍ਰਸ਼ਾਸਨ ਅਧਿਕਾਰੀ ਜਾਂ ਕੋਈ ਮੈਡੀਕਲ ਅਫਸਰ ਜਾਂ ਕੋਈ ਇਸ ਤੋਂ ਇਲਾਵਾ ਕੋਈ ਹੋਰ ਵੀ ਅਧਿਕਾਰੀ ਕੋਈ ਪਿੰਡ 'ਚ ਆਇਆ? ਕੋਈ ਨਹੀਂ ਆਇਆ ਜੀ, ਨਾ ਸਾਨੂੰ ਕੋਈ ਮੈਡੀਕਲ ਮਿਲੀ ਆ, ਨਾ ਕੋਈ ਸਾਨੂੰ ਮਤਲਬ ਕੋਈ ਸਰਕਾਰ ਵੱਲੋਂ ਸਹੂਲਤ ਮਿਲੀ ਆ, ਨਾ ਕੋਈ ਰਾਸ਼ਨ ਮਿਲਿਆ। ਇਹਨੇ ਪਿੰਡ ਵਾੜਾ ਖੱਕੀ ਦੇ ਲੋਕ ਜਿਹੜੇ ਕਹਿ ਰਹੇ ਨੇ ਕਿ ਨਾ ਤਾਂ ਸਾਡੇ ਕੋਲ ਅਜੇ ਤੱਕ ਸਰਕਾਰ ਦਾ ਕੋਈ ਅਧਿਕਾਰੀ ਆਇਆ, ਨਾ ਸਿਹਤ ਮਹਿਕਮੇ ਦਾ ਕੋਈ ਅਧਿਕਾਰੀ ਆਇਆ, ਸਿਰਫ ਜਿਹੜੀਆਂ ਚੈਨਲਾਂ ਦੇ ਗੱਲਾਂ ਨੇ ਉਹ ਸਿਰਫ ਇੱਕ ਸ਼ੋਸ਼ੇਬਾਜ਼ੀ ਅਤੇ ਇੱਕ ਸਿਰ ਇੱਕ ਆਪਣੀ ਚੌਧਰ ਚਮਕਾਉਣ ਲਈ ਹੈ, ਅਤੇ ਇੱਥੋਂ ਜਿਹੜੀ ਜ਼ਮੀਨੀ ਹਕੀਕਤ ਇਹ ਲੋਕ ਇਸ ਚੀਜ਼ ਦੀ ਬਿਆਨ ਕਰ ਰਹੇ ਹਨ। ਤਰਨ ਤਾਰਨ ਤੋਂ ਬਲਜੀਤ ਸਿੰਘ।